ਤੇ ਇਸ ਵਕਤ ਜੀ ਮੈਂ ਪਹੁੰਚ ਚੁੱਕੀ ਹਾਂ ਹਮਨ ਗਰੁੱਪ ਆਫ ਕੰਪਨੀਜ਼ ਦੇ ਵਰਕਸ਼ਾਪ ਦੇ ਵਿੱਚ, ਮਕੈਨਿਕ ਵਰਕਸ਼ਾਪ ਦੇ ਵਿੱਚ, ਜਿੱਥੇ ਕੁਝ ਮਕੈਨਿਕ ਭਾਜੀ ਸਾਡੇ ਨਾਲ ਇੱਥੇ ਕੰਮ ਕਰ ਰਹੇ ਨੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਤੇ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਭੁਪਿੰਦਰ ਸਿੰਘ ਜੀ, ਇਸ ਟਾਈਮ ਤੁਸੀਂ ਇਹ ਕੀ ਕਰ ਰਹੇ ਹੋ? ਇਹ ਅਸੀਂ ਟ੍ਰਾਂਸਮਿਸ਼ਨ ਰੀਬਿਲਡ ਕਰ ਰਹੇ ਸੀਗੇ ਜੀ। ਓਕੇ, ਹਾਂਜੀ। ਤੇ ਇੱਥੇ ਮਾਮੂਲੀ ਕਿੰਨੇ ਟਰੱਕ ਡੇਲੀ ਤੁਹਾਡੇ ਕੋਲ ਆਉਂਦੇ ਆ ਸਰਵਿਸ ਵਗੈਰਾ ਦੇ ਲਈ? ਡੇਲੀ ਤਕਰੀਬਨ 10 ਟਰੱਕ ਹੁੰਦੇ ਆ ਜੀ। 10 ਆਉਂਦੇ ਆ, ਹਾਂਜੀ। ਵੈਸੇ ਤੁਸੀਂ ਬੇਸਿਕਲੀ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਜਲੰਧਰ ਤੋਂ ਜੀ। ਜਲੰਧਰ ਤੋਂ। ਕਿੰਨੇ ਸਾਲ ਹੋ ਗਏ ਇੱਥੇ ਆਇਆ ਨੂੰ? ਮੈਨੂੰ 13 ਸਾਲ ਹੋ ਗਏ ਜੀ। ਤੇ ਹਮਨ ਗਰੁੱਪ ਆਫ ਕੰਪਨੀਜ਼ ਨਾਲ ਕਦੋਂ ਤੋਂ ਜੁੜੇ ਹੋ? ਮੈਨੂੰ 13 ਸਾਲ ਹੋ ਗਏ ਜੀ। 13 ਸਾਲ ਹੀ ਹੋ ਗਏ, ਹਾਂਜੀ। ਕਿਵੇਂ ਲੱਗਦਾ ਫਿਰ ਇੱਥੇ ਮਾਹੌਲ? ਕਿਵੇਂ ਦਾ ਲੱਗਦਾ ਕੰਮ ਕਰਕੇ? ਬਹੁਤ ਵਧੀਆ ਲੱਗਦਾ ਜੀ, ਬਹੁਤ ਵਧੀਆ ਲੱਗਦਾ। ਤੇ ਬਹੁਤੇ ਵਾਰੀ ਇਦਾਂ ਹੁੰਦਾ ਹੈ ਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਵਿੱਚੋਂ ਬਥੇਰੇ ਜਿਹੜੇ ਆ ਪੰਜਾਬ 'ਚ ਬੈਠੇ ਪ੍ਰੋਗਰਾਮ ਦੇਖ ਰਹੇ ਨੇ, ਤੇ ਕਈ ਵਾਰੀ ਹੁੰਦਾ ਹੈ ਕਿ ਉਹ ਆਉਂਦੇ ਨੇ, ਆਉਣਾ ਚਾਹੁੰਦੇ ਨੇ, ਕੈਨੇਡਾ ਆਉਣਾ ਚਾਹੁੰਦੇ ਨੇ ਜਾਂ ਹੋਰ ਫੋਰਨ ਕੰਟਰੀਜ਼ 'ਚ ਆਉਣਾ ਚਾਹੁੰਦੇ ਨੇ, ਪ੍ਰੋਪਰ ਉਹਨਾਂ ਕੋਲ ਨਾ ਤਾਂ ਐਕਸਪੀਰੀਅੰਸ ਹੁੰਦਾ ਆ ਤੇ ਬਸ ਉਹਨਾਂ ਨੂੰ ਇਦਾਂ ਹੁੰਦਾ ਕਿ ਕਿਸੇ ਤਰੀਕੇ ਨਾਲ ਪਹੁੰਚ ਜਾਣ। ਤੇ ਇੱਥੇ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਜਿਵੇਂ ਤੁਸੀਂ ਇਸ ਟਾਈਮ ਕਰ ਰਹੇ ਹੋ, ਤੁਹਾਡੇ ਕੋਲ ਕੋਈ ਲਾਇਸੈਂਸ ਵਗੈਰਾ ਜਾਂ ਪ੍ਰੋਪਰ ਕੁਝ ਨਾ ਕੁਝ ਹੋਏਗਾ ਤਾਂ ਹੀ ਤੁਸੀਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ? ਹਾਂਜੀ, ਮੇਰੇ ਕੋਲ ਲਾਇਸੈਂਸ ਹੈਗਾ ਜੀ। ਆਲਮੋਸਟ 10 ਇਅਰਸ ਹੋ ਗਏ ਮੈਨੂੰ ਲਾਇਸੈਂਸ ਲੈਣ ਜੀ। ਤੇ ਇਸ ਤੋਂ ਇਲਾਵਾ ਇੰਗਲਿਸ਼ ਕਿੰਨੀ ਕੁ ਜ਼ਿਆਦਾ ਇੰਪੋਰਟੈਂਟ ਹੈਗੀ ਹੈ? ਨੋਟ ਇਨਫ, ਪਰ ਥੋੜੀ ਬਹੁਤ ਤਾਂ ਹੋਣੀ ਜ਼ਰੂਰੀ ਹੈ ਜੀ। ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਕੋਲ ਲਾਇਸੈਂਸ ਹੈਗਾ ਹੈ, ਤੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਮਕੈਨਿਕ ਦੀ ਜੌਬ ਐਵੇਂ ਕਰਨਾ ਚਾਹੁੰਦੇ ਨੇ, ਤੇ ਉਹਨਾਂ ਨੂੰ ਕੀ ਤੁਸੀਂ ਗਾਈਡ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ? ਮੇਰਾ ਤਾਂ ਇਹੀ ਕਹਿਣਾ ਜੀ, ਬਹੁਤ ਵਧੀਆ ਆਪਣੇ ਤੁਸੀਂ ਸਟੱਡੀ ਕਰੋ, ਠੀਕ ਹੈ ਜੀ। ਇੱਥੇ ਸਟੱਡੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ, ਤੇ ਨਾਲ ਨਾਲ ਤੁਹਾਨੂੰ ਇੱਕ ਹਾਰਡ ਵਰਕਰ ਵੀ ਹੋਣਾ ਜ਼ਰੂਰੀ ਹੈ। ਉਹ ਇਹ ਮੈਂ ਪੁੱਛਣ ਲੱਗੀ ਸੀ, ਮੈਂ ਪੁੱਛਣਾ ਹੀ ਚਾਹੁੰਦੀ ਸੀ ਕਿ ਮਿਹਨਤ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸਾਨੂੰ ਤਾਂ ਇਹ ਲੱਗਦਾ ਹੈ ਕਿ ਬਸ 8 ਘੰਟੇ ਦੀ ਜੌਬ ਹੈ, 8 ਘੰਟੇ ਕੰਮ ਕੀਤਾ ਤੇ ਮੁੜ ਕੇ ਆਰਾਮ ਹੀ ਹੈ। ਕਿੰਨੀ ਕੁ ਹਾਰਡ ਹੈ ਇਹ ਜੌਬ? ਸਟਾਰਟਿੰਗ ਤਾਂ ਹਾਰਡ ਹੈਗਾ ਜੀ, ਹੈ ਨਾ, ਕੁਛ ਵੀ ਕਿਸੇ ਵੀ ਫੀਲਡ ਵਿੱਚ ਤੁਸੀਂ ਚਲ ਜਾਓ, ਪਰ ਆਫਟਰ ਦੈਟ ਤੁਸੀਂ ਫਿਰ ਉਹਨੂੰ ਤੁਸੀਂ ਯੂਜ਼ ਟੂ ਹੋ ਜਾਂਦੇ ਆ, ਤੁਹਾਨੂੰ ਆਈਡੀਆਜ਼ ਹੋ ਜਾਂਦੇ ਹੈਗੇ ਆ, ਤਾਂ ਵੈਲ ਐਂਡ ਗੁੱਡ ਹੈ ਬਾਅਦ ਵਿੱਚ, ਹੈ ਨਾ। ਫੈਮਿਲੀ ਕਿੰਨੀ ਕੁ ਜ਼ਿਆਦਾ ਸਪੋਰਟਿਵ ਹੈ? ਫੈਮਿਲੀ ਦੀ ਕਿੰਨੀ ਕੁ ਸਪੋਰਟ ਮਿਲਦੀ ਹੈ? ਕਦੇ ਮਨ ਕੀਤਾ ਕਿ ਆ ਜੌਬ ਛੱਡ ਕੇ ਕਿਤੇ ਹੋਰ ਮੈਂ ਕੁਛ ਹੋਰ ਟਰਾਈ ਕਰਾਂ? ਨਹੀਂ, ਮੈਂ ਕਦੇ ਨਹੀਂ ਕੀਤਾ ਜੀ। ਨੋ, ਬਹੁਤ ਵਧੀਆ ਫੈਮਿਲੀ ਵੀ ਪੂਰੀ ਫੁੱਲ ਸਪੋਰਟ ਹੈਗੀ ਆ, ਤੇ ਵਧੀਆ ਹੈਗਾ ਜੀ, ਬਹੁਤ ਵਧੀਆ ਹੈਗਾ ਜੀ, ਬਿਲਕੁਲ। ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕੁ ਮਿਹਨਤ ਵਾਲਾ ਕੰਮ ਆ, ਕਿਉਂਕਿ ਬਾਹਰ ਲਗਭਗ -ਡਿਗਰੀ ਟੈਂਪਰੇਚਰ ਹੈ, ਤੇ ਇੱਥੇ ਦੇਖ ਸਕਦੇ ਹੋ ਭਾਜੀ ਨੂੰ ਪਸੀਨੇ ਆ ਰਹੇ ਨੇ, ਤੇ ਐਡੇ ਐਡੇ 'ਚੋਂ ਜਹਾਜ਼ ਮੈਨੂੰ ਲੱਗਦਾ ਇਹਨਾਂ ਨੂੰ ਰਿਪੇਅਰ ਕਰਨਾ ਵੀ ਕੋਈ ਸੌਖੀ ਗੱਲ ਨਹੀਂ। ਪ੍ਰੋਪਰ ਤੁਹਾਡੇ ਕੋਲ ਲਾਇਸੈਂਸ ਹੋਏਗਾ ਤਾਂ ਹੀ ਤੁਸੀਂ ਇਸ ਕੰਮ ਨੂੰ ਹੱਥ ਪਾ ਸਕਦੇ ਹੋ। ਅਨਟ੍ਰੇਨਡ ਲੋਕ ਅਨਟ੍ਰੇਨਡ ਨਹੀਂ ਕਰ ਸਕਦੇ ਇਸ ਵਿੱਚ ਕੋਈ ਵੀ ਕੰਮ, ਸੋ ਇਹ ਚੀਜ਼ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਿਸੇ ਵੀ ਫੀਲਡ ਵਿੱਚ ਜਾਣਾ ਚਾਹੁੰਦੇ ਹੋ, ਤੁਹਾਡੇ ਕੋਲ ਪ੍ਰੋਪਰ ਉਸਦਾ ਐਕਸਪੀਰੀਅੰਸ ਹੋਣਾ ਚਾਹੀਦਾ, ਉਸਦਾ ਸਰਟੀਫਿਕੇਟ ਹੋਣਾ ਚਾਹੀਦਾ।